ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ। ਈਟੀਟੀ 994 ਦਾ ਜੋ ਅੱਜ ਪੇਪਰ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਸ ਨੂੰ ਸਾਡੇ ਵੱਲੋਂ ਵੈਸਟ ਵਿਸ਼ੇਜ ਬਾਬਾ ਜੀ ਮਿਹਰ ਕਰਨ ਤੇ ਸਭ ਦਾ ਪੇਪਰ ਵਧੀਆ ਹੋਵੇ ਜਿਨ੍ਹਾਂ ਨੇ ਦਿਨ ਰਾਤ ਤਿਆਰੀ ਕੀਤੀ ਹੈ ਉਹਨਾਂ ਦੀ ਸਿਲੈਕਸ਼ਨ ਹੋਵੇ ਤੇ ਭਰਤੀ ਜਿਹੜੀ 41 66 ਵਾਂਗੂ ਨਾਲ ਲੰਮਕੇ ਜਲਦੀ ਕੰਪਲੀਟ ਹੋਵੇ। ਹੁਣ ਇੱਕ ਦੋ ਜਿਹੜੀਆਂ ਮੰਗਾ ਸੀਗੀਆਂ ਵੈਸੇ ਵੀਡੀਓ ਅਸੀਂ ਰਾਤ ਪਾਉਣੀ ਸੀ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਵੀਡੀਓ ਹੁਣ ਪਾ ਰਹੇ ਹਾਂ ਤੇ 41 ਕਾਡ ਦੇ ਕੁਝ ਸਾਥੀਆਂ ਵੱਲੋਂ ਇਹ ਮੈਸੇਜ ਮੰਤਰੀ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਸੀਂ ਤੁਹਾਨੂੰ ਸਾਰਾ ਮੈਸੇਜ ਹੈ ਜਿਹੜਾ ਉਹ ਪੜ੍ਹ ਕੇ ਸੁਣਾਉਣੇ ਹਾਂ ਕਿਉਂਕਿ ਜਿਵੇਂ ਪਿਛਲੀ ਵਾਰ ਵੀ ਭਰਤੀਆਂ 'ਚ ਥੋੜੇ ਬੋਧੇ ਕੱਪੜੇ ਹੋਏ ਨੇ ਉਹ ਡਰ ਕਾਰਨ ਇਹ ਸਾਰੀ ਗੱਲਬਾਤ ਆ ਜੋ ਰੱਖੀ ਗਈ ਹੈ ਵੀ ਇਸ ਭਰਤੀ 'ਚ ਵੀ ਉਦਾਂ ਦਾ ਕੱਪੜਾ ਨਾ ਹੋਵੇ ਮਾਨਯੋਗ ਸਿੱਖਿਆ ਮੰਤਰੀ ਜੀ ਅੱਜ ਹੋਣ ਵਾਲੇ ਈਟੀਟੀ ਦੇ ਪੇਪਰ ਵਿੱਚ ਅਕੈਡਮੀ ਵਾਲੇ ਅਤੇ ਗਵਰਨਮੈਂਟ ਟੀਚਰ ਇੱਕ ਦੂਜੇ ਦੀ ਜਗ੍ਹਾ ਪੀਪਰ ਦੇ ਰਹੇ ਨੇ ਜੋ ਕਿ ਵੱਡੀ ਰਕਮ ਲੈ ਕੇ ਇਹ ਕੰਮ ਕਰ ਰਹੇ ਨੇ ਪਿਛਲੀ 41 ਘਾਟ ਵਾਲੀ ਵੀ ਇਸੇ ਤਰ੍ਹਾਂ ਹੇਰਫੇਰ ਹੋਈ ਸੀ ਜੋ ਬਾਇਓਮੈਟ੍ਰਿਕ ਵੀ ਨਾ ਮਾਤਰ ਦੀ ਹੋਈ ਸੀ ਜੋ ਕਿ ਅਸਲ ਬੇਰੁਜ਼ਗਾਰਾਂ ਨਾਲ ਧੋਖਾ ਹੈ ਜੋ ਬਾਇਓਮੈਟ੍ਰਿਕ ਕੀਤੀ ਗਈ ਸੀ ਸਿਰਫ ਫਾਰਮੈਲਟੀ ਸੀ ਜੋ ਅਸਲ ਸਟੂਡੈਂਟ ਦੀ ਪਛਾਣ ਨਹੀਂ ਹੋ ਸਕੀ ਪਹਛਾਨ ਪੱਤਰ ਬਦਲ ਕੇ ਇੰਨਾ ਵੱਡਾ ਅਸਲੀ ਮਿਹਨਤੀ ਟੀਚਰ ਨਾਲ ਧੋਖਾ ਹੋ ਰਿਹਾ ਹੈ ਜੇ ਮੇਰੇ ਇਸ ਮੈਸੇਜ ਦਾ ਕੋਈ ਅਸਰ ਨਹੀਂ ਹੋ ਕੋਈ ਅਸਰ ਹੋਇਆ ਉਹ ਬੰਦੇ ਐਬਸੈਟ ਹੋਣਗੇ ਮੰਤਰੀ ਸਾਹਿਬ ਜੀ ਕਿਰਪਾ ਕਰਕੇ ਗੌਰ ਕਰਨਾ ਗੌਰ ਜਰੂਰ ਕਰਨਾ ਧੰਨਵਾਦ ਜੀ ਵੈਸੇ 41 ਕਾਡ ਦੇ ਵਿੱਚ ਸਾਨੂੰ ਕੋਈ ਖਾਸ ਇਦਾਂ ਦੀ ਜਾਣਕਾਰੀ ਨਹੀਂ ਮਿਲੀ ਸੀਗੀ ਕਿ ਇਦਾਂ ਦਾ ਜਿਹੜਾ ਹੇਰਫੇਰ ਹੈ ਉਹ ਹੋਇਆ ਤੇ ਹਾਲਾਂਕਿ ਉਦੋਂ ਪਹਿਲਾਂ ਦੀਆਂ ਭਰਤੀਆਂ ਵਿੱਚ ਜਾਂ 60 35 ਦੇ ਵਿੱਚ ਬਹੁਤ ਸਾਰੇ ਘਪਲੇ ਜਿਹੜੇ ਉਹ ਹੋਏ ਸੀਗੇ ਇੱਕ ਡੀਪੀਆਈ 873 ਪੋਸਟਾਂ ਆਈਆਂ ਸੀ ਉਹਦੇ ਵਿੱਚ ਤਾਂ ਵੱਡੇ ਪੱਧਰ ਤੇ ਤਾਂਲੀ ਹੋਈ ਸੀ ਇਸੇ ਦੇ ਡਰ ਕਰਕੇ ਜਿਹੜਾ ETT 635 ਦੇ ਕੈਂਡੀਡੇਟਸ ਨੇ ਉਹਨਾਂ ਨੂੰ ਵੀ ਇਹੀ ਡਰਾ ਹਾਲਾਂਕਿ ਇਹ ਆ ਵੀ ਜਿਹੜਾ 635 ਦਾ ਪੇਪਰ ਸੀਗਾ ਉਹ ਡਿਸਟ੍ਰਿਕਟ ਲੈਵਲ ਤੇ ਹੋਇਆ ਸੀਗਾ ਪਹਿਲਾਂ ਜਿਵੇਂ ਮਾਨਸਾ ਬਠਿੰਡਾ ਸੰਗਰੂਰ ਪਟਿਆਲਾ ਇਦਾਂ ਸੈਂਟਰ ਬਣੇ ਸੀ ਪਰ ਇਸ ਵਾਰ ਮੋਹਾਲੀ ਜਾਂ ਚੰਡੀਗੜ੍ਹ ਬਣ ਕਰਕੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਵੀ ਨਕਲ ਵਗੈਰਾ ਦਾ ਜਾਂ ਜਿੱਦਾਂ ਦਾ ਵੀ ਸਿਸਟਮ ਹੁੰਦਾ ਹੈਗਾ ਕਿਉਂਕਿ ਉੱਥੋਂ ਦੇ ਸਕੂਲ ਕਾਫੀ ਹਾਈ ਫਾਈ ਨੇ ਤੇ ਉੱਥੇ ਜੈਮਰ ਵਗੈਰਾ ਲੱਗੇ ਹੁੰਦੇ ਆ ਬਲੂਟੂਥ ਜਿੱਦਾਂ ਇੱਥੇ ਤਾਂ ਬਲੂਟੂਥ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਆਪਣੇ ਇਧਰ ਅਰ ਬਾਇਓਮੈਟ੍ਰਿਕ ਜੋ ਕਿ 41 ਕਾਟ ਲਈ ਸਟਾਰਟ ਕੀਤੀ ਗਈ ਸੀਗੀ ਇਹ ਸਾਰੀ ਵੀ ਬਾਇਓਮੈਟ੍ਰਿਕ ਹੋਣੀ ਹੈ ਸਾਰੇ ਸਟੂਡੈਂਟਸ ਦੀ ਇਹ ਮੈਸੇਜ ਆ ਜਿਹੜਾ ਇਹ 41 ਕਾਟ ਦੇ ਸਾਥੀਆਂ ਵੱਲੋਂ ਮੰਤਰੀ ਤੱਕ ਲੈ ਕੇ ਜਾਣ ਲਈ ਕਿਹਾ ਗਿਆ ਸੀਗਾ ਤੇ ਬਾਕੀ ਜੋ ਅੱਜ ਪੇਪਰ ਹੋ ਰਿਹਾ ਉਹਦੇ ਲਈ ਸਾਰਿਆਂ ਨੂੰ ਫਿਰ ਤੋਂ ਅਸੀਂ ਵੈਸਟ ਵਿਸ਼ੇਜ ਕਹਿੰਨੇ ਆ ਵੈਸਟ ਵਿਸ਼ੇਜ ਟੂ ਆਲ 41 ਕਾਟ ਸਿਲੇਕਟਡ ਕੈਂਡੀਡੇਟਸ ਸੌਰੀ ਵੈਸਟ ਵਿਸ਼ੇਜ ਟੂ 5994 ਜਿਹੜੇ 5994 ETT ਦਾ ਭਰਤੀ ਦਾ ਪੇਪਰ ਦੇਣ ਜਾ ਰਹੇ ਨੇ ਉਹਨਾਂ ਸਾਰੇ ਸਾਥੀਆਂ ਨੂੰ ਸਾਡੇ ਵੱਲੋਂ ਵੈਸ਼ਟ ਵਿਸ਼ੇ ਹੈ ਤੇ ETT 9894 ਦੀ ਹਰ ਇੱਕ ਇਨਫਾਰਮੇਸ਼ਨ ਅਸੀਂ ਤੁਹਾਨੂੰ ਪੇਪਰ ਤੋਂ ਬਾਅਦ ਜਾਂ ਜਿੱਦਾਂ ਵੀ ਕੋਈ ਵੀ ਇਨਫਾਰਮੇਸ਼ਨ ਸਾਡੇ ਕੋਲੇ ਆਊਗੀ ਅਸੀਂ ਸ਼ੇਅਰ ਕਰਦੇ ਰਹਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋਮ